ਸੰਗਰੂਰ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੋਰੋਨਾ ਤੋਂ ਬਚਣ ਵਾਸਤੇ ਆਪਣੇ ਆਪ ਨੂੰ ਵੈਕਸੀਨੇਟ ਕਰਨ ਵਾਸਤੇ ਜ਼ਿੰਮੇਵਾਰ ਸੰਗਰੂਰ ਕੈਂਪੇਨ ਦੇ ਤਹਿਤ ਆਪਾਂ ਸਾਰੇ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਆਪਣੇ ਆਪ ਨੂੰ ਵੈਕਸੀਨੇਟ ਕਰਾਈਏ ਔਰ ਇਸੇ ਵਾਸਤੇ ਅਸੀਂ ਸੰਗਰੂਰ ਬਲਾਕ ਤੇ ਭਵਾਨੀਗੜ੍ਹ ਬਲਾਕ ਦੇ ਵਿੱਚ ਹਰ ਪਿੰਡ ਤੱਕ ਪਹੁੰਚ ਕਰ ਸਕੀਏ। ਦੋ ਐਂਬੂਲੈਂਸਿਸ ਨੂੰ ਅਸੀਂ ਵੈਕਸੀਨੇਸ਼ਨ ਦੇ ਨਾਲ ਇਕੁਇਪ ਕੀਤਾ ਹੈ, ਉਹਨਾਂ ਵਿੱਚ ਵੈਕਸੀਨੇਸ਼ਨ ਲਗਵਾਉਣ ਵਾਸਤੇ ਇੰਤਜ਼ਾਮ ਕੀਤਾ ਹੈ ਤਾਂ ਕਿ ਕੋਈ ਵੀ ਕੋਈ ਅੰਗਹੀਨ ਪਰਿਵਾਰ ਹੈ, ਕੋਈ ਸਾਡੀ ਭੈਣ ਹੈ, ਸਾਡੇ ਬਜ਼ੁਰਗ ਹੈ ਜਿਹੜੇ ਹਸਪਤਾਲ ਤੱਕ ਨਹੀਂ ਆ ਜਾ ਸਕਦੇ ਔਰ ਉਹਨਾਂ ਨੂੰ ਇਹ ਸਹੂਲਤ ਆਪਣੇ ਘਰ ਦੇ ਨੇੜੇ ਹੋਣ ਦੀ ਜ਼ਰੂਰਤ ਹੈ। ਪੂਰੇ ਸੰਗਰੂਰ ਦੇ ਦੋਵੇਂ ਬਲਾਕਾਂ ਦੇ ਵਿੱਚ ਪਿੰਡ ਵਾਈਜ਼ ਸ਼ਡਿਊਲ ਬਣਾ ਕੇ ਅਸੀਂ ਇਹ ਵੈਨਾਂ ਨੂੰ ਹਰ ਰੋਜ਼ ਪਿੰਡਾਂ ਵਿੱਚ ਵੈਕਸੀਨੇਸ਼ਨ ਦੇ ਕੇ ਭੇਜ ਰਹੇ ਹਾਂ ਤਾਂ ਕਿ ਸਾਡੇ ਸਾਰੇ ਲੋਕ ਆਪਣੇ ਆਪ ਨੂੰ ਵੈਕਸੀਨੇਟ ਕਰਾ ਸਕਣ, ਵੈਕਸੀਨੇਟ ਲੈ ਸਕਣ ਔਰ ਕੋਰੋਨਾ ਦੀ ਮਹਾਮਾਰੀ ਤੋਂ ਬਚ ਸਕਣ। ਔਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਨਾ ਚਾਹੁੰਦਾ ਕਿ ਇਸ ਕੋਰੋਨਾ ਤੋਂ ਪੱਕੇ ਤੌਰ ਤੇ ਬਚਣ ਵਾਸਤੇ ਸਾਨੂੰ ਆਪਣੇ ਆਪ ਨੂੰ ਵੈਕਸੀਨੇਟ ਕਰਾਉਣਾ ਜ਼ਰੂਰੀ ਹੈ। ਕਈ ਵਾਰ ਵੈਕਸੀਨੇਸ਼ਨ ਲੈਣ ਤੋਂ ਬਾਅਦ ਬੁਖਾਰ ਹੋ ਜਾਂਦਾ ਪਰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੈਨੂੰ ਵੀ ਹੋ ਗਿਆ ਸੀ, ਮੇਰੇ ਮਾਤਾ ਜੀ ਨੂੰ ਵੀ ਹੋ ਗਿਆ ਸੀ, ਮੇਰੇ ਘਰਦਿਆਂ ਨੂੰ ਵੀ ਹੋ ਗਿਆ ਸੀ, ਮੇਰੇ ਬੱਚਿਆਂ ਨੂੰ ਵੀ ਹੋ ਗਿਆ ਸੀ। ਇਸ ਦੇ ਨਾਲ ਕੁਛ ਨਹੀਂ ਫਰਕ ਪੈਂਦਾ ਪਰ ਵੈਕਸੀਨੇਸ਼ਨ ਲਗਾਉਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਆਪਣੇ ਆਪਣੇ ਵੈਕਸੀਨੇਸ਼ਨ ਸੈਂਟਰਸ 'ਚ ਜਾ ਕੇ ਵੀ ਵੈਕਸੀਨੇਸ਼ਨ ਲਓ ਔਰ ਇਸ ਵੈਨਸ ਦੇ ਰਾਹੀਂ ਜੋ ਐਂਬੂਲੈਂਸਿਸ ਅਸੀਂ ਤਿਆਰ ਕੀਤੀਆਂ ਇਹਨਾਂ ਦੇ ਵਿੱਚ ਵੀ ਆਪਣੀਆਂ ਵੈਕਸੀਨੇਸ਼ਨਸ ਲਓ, ਜਿਹੜੇ ਜਿਹੜੇ ਲੋਕ ਇਹਦੇ ਬਾਹਰ ਨਹੀਂ ਜਾ ਸਕਦੇ ਤਾਂ ਕਿ ਅਸੀਂ ਸਾਰੇ ਆਪਣੇ ਆਪ ਨੂੰ ਕੋਰੋਨਾ ਦੀ ਮਹਾਮਾਰੀ ਤੋਂ ਬਚਾ ਸਕੀਏ, ਆਪਾਂ ਸਾਰੇ ਬਚ ਸਕੀਏ, ਖੁਸ਼ਹਾਲ ਰਹਿ ਸਕੀਏ, ਆਪਣੇ ਬੱਚਿਆਂ ਦਾ ਆਪਣੇ ਪਰਿਵਾਰਾਂ ਦੀ ਤਰੱਕੀ ਵਾਸਤੇ ਆਪਾਂ ਸਾਰੇ ਮਿਲ ਕੇ ਕੰਮ ਕਰ ਸਕੀਏ। ਬਹੁਤ ਬਹੁਤ ਧੰਨਵਾਦ। ਜ਼ਿਲ੍ਹਾ ਸੰਗਰੂਰ ਦੇ ਵਿੱਚ ਮਾਣਯੋਗ ਕੈਬਨਿਟ ਮਿਨਿਸਟਰ ਸ਼੍ਰੀ ਵਿਜੇਂਦਰ ਸਿੰਗਲਾ ਜੀ ਦੁਆਰਾ ਇਹ ਜਿਹੜੀ ਵੈਨ ਜਿਹੜੀ ਵੈਕਸੀਨੇਸ਼ਨ ਕਰਨ ਸੰਬੰਧੀ ਚਲਾਈ ਗਈ ਹੈ, ਅੱਜ ਇਹ ਮੁਹਿੰਮ ਅਸੀਂ ਪਿੰਡ ਘਰਾਚੋ ਤੋਂ ਸ਼ੁਰੂ ਕੀਤੀ ਹੈ। ਇਹ ਵੈਨ ਹਰ ਰੋਜ਼ ਜਗ੍ਹਾ ਜਗ੍ਹਾ 'ਤੇ ਅਲੱਗ ਅਲੱਗ ਪਿੰਡਾਂ ਦੇ ਵਿੱਚ ਸ਼ਡਿਊਲ ਅਨੁਸਾਰ ਜਾਏਗੀ, ਜਿੱਥੇ ਜਾ ਕੇ ਇਹ ਉਹ ਲੋਕ ਜਿਹੜੇ ਡਿਸੇਬਲ ਨੇ ਜਾਂ ਜਿਹੜੇ ਲੋਕ ਘਰ 'ਚੋਂ ਮੂਵ ਨਹੀਂ ਕਰ ਸਕਦੇ, ਕਿਸੇ ਵੀ ਕਾਰਨ ਉਹ ਵੈਕਸੀਨੇਸ਼ਨ ਕੈਂਪ 'ਤੇ ਨਹੀਂ ਪਹੁੰਚ ਸਕਦੇ, ਇਹ ਵੈਨ ਜਿਹੜੀ ਘਰ ਘਰ ਜਾ ਕੇ ਇਹ ਲੋਕਾਂ ਦੀ ਵੈਕਸੀਨੇਸ਼ਨ ਕਰੇਗੀ ਅਤੇ ਪਿੰਡਾਂ ਦੇ ਸ਼ਡਿਊਲ ਅਨੁਸਾਰ ਇਹ ਮੂਵ ਕਰਦੀ ਰਹੇਗੀ।